ਲਓ ਵੀ ਮਿੱਤਰੋ, ਅੱਜ ਫਿਰ ਇੱਕ ਨੁਕਰਾ ਬੱਚਾ ਲਿਆਇਆ ਤੁਹਾਡੇ ਸਾਹਮਣੇ। ਪਿਛਲੇ ਦਿਨੀ ਇੱਕ ਆਪਾਂ ਡਾਇਮੰਡ ਦਾ ਬੱਚਾ ਪਾਇਆ ਸੀ ਅਤੇ ਉਹ ਵੀਡੀਓ ਪਾਉਣ ਨਾਲ ਤੁਹਾਡਾ ਪਿਆਰ ਇੰਨਾ ਜ਼ਿਆਦਾ ਮਿਲਿਆ, ਵੀਡੀਓ ਪਾਉਣ ਤੋਂ ਅੱਧਾ ਘੰਟਾ ਬਾਅਦ ਹੀ ਸੇਲ ਹੋ ਗਿਆ। ਪਰ ਅੱਜ ਵੀ ਉਹ ਬੱਚੇ ਦੇ ਫੋਨ ਆਉਂਦੇ ਆ, ਬਾਈ ਬਸ਼ੀਰਾ ਚਾਹੀਦਾ ਨੁਕਰਾ। ਸੋ ਤੁਹਾਡੀ ਰਿਮਾਂਡ 'ਤੇ ਨੁਕਰਾ ਬਸ਼ੀਰਾ ਲਿਆਤਾ, ਮੰਨ ਲਓ ਘੋੜਾ ਹੀ ਲਿਆਤਾ ਯਾਰ। ਕੱਦ ਕੁੱਦ ਬੱਚਾ ਬਹੁਤ ਕਰੀ ਬੈਠਾ, ਉਮਰ ਦਾ ਨਰਮਾ ਅਤੇ ਪਰ ਬਰੀਕੀ ਬਰੂਕੀ ਵੀ ਚੰਗੀ ਆ, ਸਾਹਣ ਬੰਨ ਵਾਲਾ ਘੋੜਾ। ਸਾਰੀ ਡਿਟੇਲ ਦੇਵਾਂਗੇ, ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆ ਵੀਡੀਓ ਬਾਬਾ ਜੀਤ ਦਾ ਸਟੱਡ ਫਾਰਮ ਯੂਟਿਊਬ ਚੈਨਲ 'ਤੇ ਦੇਖਦੇ ਆ, ਅਤੇ ਜਿਹੜੇ ਮੇਰੇ ਸੱਜਣ ਫੇਸਬੁੱਕ ਪੇਜ 'ਤੇ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਅਤੇ ਲਓ ਵੀ ਸੱਜਣੋ, ਅੱਜ ਇੱਕ ਨਵੀਂ ਸਵੇਰ ਫਿਰ ਨਵੇਂ ਜਾਨਵਰ ਦੀ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ। ਅਤੇ ਜਾਨਵਰ ਪੂਰਾ ਟੌਪ ਦਾ ਲਿਆਤਾ, ਤੁਹਾਡੀ ਡਿਮਾਂਡ ਦੇ ਅਨੁਸਾਰ ਲਿਆਤਾ। ਬਸ਼ੀਰਾ ਲਿਆਂਦਾ ਨੁਕਰਾ, ਲਿਬੜਿਆ ਜ਼ਰੂਰ ਆ ਪਰ ਬੱਚੇ ਦਾ ਚਮੜੀ ਚੁਮੜੀ ਗੁਲਾਬੀ ਪਿੰਡੇ ਦਾ ਬੱਚਾ, ਬਰੀਕੀ ਬਰੂਕੀ ਗਰਦਨ ਕੰਨ ਕੰਡੀਸ਼ਨ ਸਾਰਾ ਚੰਗਾ, ਖਾਨਦਾਨ ਵੀ ਚੰਗਾ ਅਤੇ ਕੱਦ ਕੁੱਦ ਦਾ ਮੂੰਹੋਂ ਆਪ ਹੀ ਦੱਸੀ ਜਾਂਦਾ। ਆਪ ਆ ਕੇ ਜਦੋਂ ਮੂੰਹ ਪੱਟੋਗੇ ਨਾ ਤੁਸੀਂ ਵੀ ਹੈਰਾਨ ਰਹਿ ਗਏ, ਇੰਨੀ ਛੋਟੀ ਉਮਰ 'ਚ ਕੱਦ ਕੁੱਦ ਵਧੀਆ ਕੱਢੀ ਜਾਂਦਾ। ਅਤੇ ਬਾਕੀ ਇੱਦਾਂ ਦੀਆਂ ਵੀਡੀਓ ਚੰਗੇ ਚੰਗੇ ਜਾਨਵਰ ਜਾਇਜ਼ ਰੇਟ 'ਚ ਆਪਣੇ ਚੈਨਲ 'ਤੇ ਆਉਂਦੇ ਰਹਿੰਦੇ ਆ। ਜਿਹੜੇ ਸੱਜਣ ਨਵੇਂ ਉਹਨਾਂ ਨੂੰ ਬੇਨਤੀ, ਚੈਨਲ ਸਬਸਕ੍ਰਾਈਬ ਕਰ ਲਿਓ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਅਤੇ ਵੱਧ ਤੋਂ ਵੱਧ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਸੱਜਣ ਬਸ਼ੀਰੇ ਦੀ ਭਾਲ 'ਚ ਹੋਵੇ ਚੰਗਾ ਬਸ਼ੀਰਾ ਭਾਅ ਪੜਤੇ ਨਾ ਬਣ ਜਾਣਾ ਅਤੇ ਉਹਦੇ ਤਾਂ ਇਹ ਵੀਡੀਓ ਪਹੁੰਚੇ। ਆ ਜਾਓ ਵੱਧਦੇ ਹਾਂ ਆਪਾਂ ਵੀਡੀਓ ਵੱਲ ਨੂੰ ਸੱਜਣੋ। ਅਤੇ ਮਿੱਤਰੋ ਬਸ਼ੀਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਬੱਚਾ ਹਜੇ ਸਾਲ ਕੁ ਦੀ ਉਮਰ ਦਾ ਹੀ ਹੋਇਆ, 12 ਮਹੀਨਿਆਂ ਦਾ ਹੋਇਆ ਅਤੇ ਇੱਕ ਹਿਸਾਬ ਦਾ ਘੋੜਾ ਹੀ ਬਣਿਆ ਖੜਾ। ਗਰਦਨ ਗੁਰਦਨ ਥੰਬ ਹੈਕ ਬਾਡੀ ਪੂਰੀ ਮਜ਼ਬੂਤ ਆ, ਚੰਗਾ ਸਾਹਣ ਬੰਨ ਵਾਲਾ ਘੋੜਾ। ਸੋ ਜਿਹੜੇ ਭਰਾ ਉੱਦਣ ਦੇ ਫੋਨ ਲਾਉਂਦੇ ਸੀ ਬਾਈ ਬਸ਼ੀਰਾ ਚਾਹੀਦਾ ਨੁਗਰਾ ਬਸ਼ੀਰਾ ਚਾਹੀਦਾ, ਸਾਹਣ ਬਣਾਉਣ ਨੂੰ ਚਾਹੀਦਾ ਜਾਂ ਚੜ੍ਹਾਉਣ ਵਾਸਤੇ ਚਾਹੀਦਾ, ਬਹੁਤ ਫੋਨ ਆਏ ਉਹ ਡਾਇਮੰਡ ਵਾਲਾ ਬਸ਼ੀਰਾ ਸੁਲਤਾਨ ਨੂੰ ਦੇਖ ਕੇ ਬਹੁਤ ਜ਼ਿਆਦਾ ਫੋਨ ਆਏ। ਸੋ ਉਦੋਂ ਮਿੱਤਰ ਆਪਣੇ ਕੋਲ ਕੋਈ ਨੁਕਰਾ ਬਸ਼ੀਰਾ ਹੈ ਨਹੀਂ ਸੀ, ਅਤੇ ਹੁਣ ਨੁਕਰਾ ਬਸ਼ੀਰਾ ਲਿਆਤਾ, ਤੁਹਾਨੂੰ ਬਸ਼ੀਰਾ ਹੀ ਸੱਡੋ ਘੋੜਾ ਲਿਆਤਾ, ਚੰਗਾ ਬੰਨ ਵਾਲਾ ਸਾਹਣ ਬਣੂ, ਹਿੱਕ ਵਾਡਾ ਸੰਬ ਮਜ਼ਬੂਤੀ ਪੂਰੀ ਆ, ਕਿਸੇ ਪਾਸੇ ਬੱਚਾ ਹੱਥ ਧਰਾਊ ਨਹੀਂ। ਬਾਕੀ ਤੁਸੀਂ ਸਾਹਮਣੇ ਵੀਡੀਓ 'ਚ ਦੇਖ ਲਿਆ, ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ ਸਾਹਮਣੇ ਆ ਕੇ ਫਾਰਮ 'ਤੇ ਆਪ ਤਸੱਲੀ ਕਰ ਲਿਓ, ਆਪਾਂ ਇੱਕ ਵਾਰ ਡਿਟੇਲ ਦੇ ਦਈਏ ਸਾਰੀ ਤੁਹਾਨੂੰ। ਦੋਸਤੋ ਜਿਵੇਂ ਉਮਰ ਇਹਦੀ 12 ਕੁ ਮਹੀਨੇ ਆ, ਕੱਦ 58 ਇੰਚ ਹੋ, ਵਾਲ ਪੌੜੀਆਂ ਦਾ ਜਮ੍ਹਾਂ ਸਾਫ਼ ਆ, ਹੱਡਾਂ ਪੈਰਾਂ ਦਾ ਸਾਫ਼ ਆ, ਪੈਰਾਂ ਪੂਰਾਂ ਦੇ ਸੰਬ ਸੁੰਬ ਦੀ ਮਜ਼ਬੂਤੀ ਬਹੁਤ ਆ। ਗਰਦਨ ਚੈੱਕ ਕਰਿਓ ਮਾੜੀ, ਪਹਿਲਾਂ ਤਾਂ ਗਰਦਨ ਗੁਰਦਨ ਮਾਰਵਾੜੀ ਵਾਂਗੂ ਲੰਮੀ ਧੋਣ ਆ, ਮਣੀਆਂ ਚੰਗਾ, ਕੰਨ ਕੰਡੀਸ਼ਨ ਦਾ ਵੀ ਚੰਗਾ, ਵਾਲ ਭੌਰੀ ਵੀ ਸਾਫ਼ ਆ, ਮੱਥੇ ਵਾਲੀ ਭੌਰੀ ਉੱਚੀ ਆ, ਦੇਖੋ ਖੜ੍ਹਨੇ ਖੁੜ੍ਹਨੇ, ਪਾਉਂਦਾ ਭੁਲੇਖਾ ਘੋੜੇ ਦਾ ਜਾਂ ਨਹੀਂ। ਓਵਰਆਲ ਆਪਾਂ ਦੇਖਿਆ ਚੰਗਾ। ਅਤੇ ਜਿਹੜੀ ਮੇਨ ਗੱਲ ਹੁੰਦੀ ਹੈ ਜਿੱਥੋਂ ਤਾਂ ਹਰ ਬੰਦੇ ਦਾ ਸਵਾਲ ਹੁੰਦਾ ਬਾਈ ਯਾਰ ਰੇਟ ਨਾਲ ਹੀ ਜਾਨਵਰ ਚੱਲਣਾ, ਤਾਂ ਮਿੱਤਰ ਰੇਟ ਵੀ ਜਾਇਜ਼ ਹੀ ਆ, ਜ਼ਿਆਦਾ ਮੁੱਲ ਨਹੀਂ ਰੱਖਿਆ, ਬੱਚਿਆਂ ਵਾਲਾ ਮੁੱਲ ਹੀ ਆ, ਭਾਅ ਪੜਤੇ 'ਚ ਬਣ ਜਾਣਾ। ਇੱਕ ਵਾਰ ਫੋਨ ਜ਼ਰੂਰ ਲਾ ਲਿਓ, ਰੇਟ ਦਾ ਪਤਾ ਲੈ ਲਿਓ, ਲਾਸਟ 'ਤੇ ਨੰਬਰ ਦੇਵਾਂਗੇ। ਬੱਚਾ ਥੋੜ੍ਹਾ ਜਿਹਾ ਲਿਬੜਿਆ ਕਰਕੇ ਨਾ, ਇੱਕ ਸ਼ਾਮ ਦਾ ਟਾਈਮ ਸੀ, ਨਾ ਹੀ ਕੋਈ ਵੀਡੀਓ ਸੀ ਪਾਉਣ ਵਾਸਤੇ ਬਣੀਆਂ ਹੋਈਆਂ, ਥੋੜ੍ਹੇ ਜਿਹੇ ਸ਼ਕੈਜੂਅਲ ਬਿਜ਼ੀ ਹੋਣ ਕਰਕੇ, ਜਾਨਵਰ ਕਾਫੀ ਨਵੇਂ ਆਏ ਆ, ਪਰ ਟਾਈਮ ਨਾ ਲੱਗਣ ਕਰਕੇ ਵੀਡੀਓ ਨਹੀਂ ਬਣੀ। ਸੋ ਆ ਸੋਚਿਆ ਵੀ ਹੱਥ ਨੇ ਚਲੋ ਇਹਦੀ ਵੀਡੀਓ ਬਣਾ ਲਈਏ, ਨਹਾਉਣ ਦਾ ਟਾਈਮ ਨਹੀਂ ਲੱਗਿਆ, ਅੱਧੇ ਦਿਨ 'ਚ ਦੁਬਾਰਾ ਨਵਾ ਕੇ ਵੀਡੀਓ ਪਾ ਦਾਂਗੇ ਜੇ ਨਾ ਸੇਲ ਹੋਇਆ। ਪਰ ਜਿੱਥੋਂ ਤਾਂ ਮੈਨੂੰ ਉਮੀਦ ਆ ਤੁਹਾਡੇ ਪਿਆਰ 'ਤੇ ਯਕੀਨ ਆ ਵੀ ਬੱਚਾ ਤੁਹਾਡੇ ਫਿੱਟ ਆ ਜਾਣਾ ਅਤੇ ਇਹ ਜਲਦੀ ਹੀ ਸੇਲ ਹੋ ਜੂ, ਅਤੇ ਰੇਟ ਜਾਇਜ਼ ਆ ਮਿੱਤਰੋ। ਵਾਲ ਭੌੜੀਆਂ ਦਾ ਸਾਫ਼ ਆ, ਕੱਦ ਕਰਨ ਵਾਲਾ ਵੀ ਸੀਰਾ, ਲੈਂਥ ਲੁੰਥ ਦਾ, ਹਿੱਕ ਬਾਡੀ ਦਾ ਪੂਰਾ ਖੁੱਲ੍ਹਾ ਬੰਨ ਵਾਲਾ, ਚੰਗਾ ਸਾਹਣ ਬਣੂ,
ਕੰਨ ਕੰਡੀਸ਼ਨ ਚੰਗੀ ਹੈ, ਗਰਦਨ ਚੰਗੀ ਆ, ਪੂਰੀਆਂ ਓਕੇ ਰਿਪੋਰਟਾਂ, ਕੁਆਲਿਟੀ ਆ, ਮੂਹਰੇ ਬੱਚੇ ਵੀ ਚੰਗੇ ਪੈਦਾ ਕਰਨੇ ਨੇ, ਕਿਉਂ ਸਾਰੀਆਂ ਘੋੜੇ 'ਚ ਮਜ਼ਬੂਤੀ ਵਾਲਾ ਪਾਸਾ, ਸਨੱਖਪੁਣਾ, ਸਾਰੀਆਂ ਚੀਜ਼ਾਂ ਮੌਜੂਦ ਆ। ਸੋ ਨੰਬਰ ਦਿੰਦਾ ਦੋਸਤ, ਮੈਂ ਨੋਟ ਕਰ ਲਿਓ, 62-391-5454-0017 ਮਿਲਦੇ ਜਲਦ ਨਵੀਂ ਵੀਡੀਓ।